मैं भी वैष्णव दीप जगाता बड़े रे बल्ब देख ला सवार के जगदा कि नहीं छड़े दा करके जगाया ठीक है जी। देख ला बुढ़ी जश्न मनाई जाती है प्रसाद बंडी जाती है बुढ़ी वेख है और मत्था टेक के ना बाबे बूबे ते आके जेड़े बिजली नहीं लाउंदे सी उन्हां बाबे नूं ते आए ने अज ते जग पई आ लाइट बुढ़ी दे बुढ़ी नूं दे दी बधाइयां सवेरे ठीक है जी। ओके जी वैष्णव देव जी बहुत बहुत धन्यवाद तुहाडा जी टीम दा साडा सहयोग कीता ठीक है जी महाराज जी सत श्री अकाल जी। पियां हो गईयां उन्हां ने अज तक घरे बल्ब जगा के नहीं वेख्या क्योंकि ओह जगह जिहड़ी ओह कहिंदे शमशान घाट दी आ ते जिहड़े पिंड दे छे दे लोक आ चाहे कोई भी उन्होंने रोकदा आप परमात्मा जानते हैं उन्होंने अज तक कोई एक व्यक्ति है मैं तुहानू सारा दस दूंगा पहला बीबा अनमोल गगन मान जी नू दस देवा कि तुसी 34 मंगा मंगिया सी अज उन्हां 34 मंगा दे विच्चों मैं तुहानू कुछ ना कुछ विखा रहा अज वेख लिया जी तुहानू दस देवा कि लोग किस तरह जी रहे आ इस टाइम पिंड कड़ा जी अपना ढल करा पिंड दे भाई साहब एन आर आई आज इतने आज आ वीर जी नेड़े आज नेड़े आज आ जिहड़े बाई जी आ इन्हां दीआं लगभग 4 पीढ़ियां हो चुकियां इधर विखा दो कोई गल नहीं आपां सारा बाद दे विच विखा दांगे 4 पीढ़ियां हो चुकियां जिहड़ियां शमशान घाट दे विच रह रहियां ते अज तक भी इन्हां ने जिहड़ा कह लो बिजली दा जिहड़ा बल्ब वेख्या नहीं घर दे विच वेख्या कदे जगा के जी करे तुहानूं विखा दिंदा बाकी मैं सारा सिस्टम ते बीबा अनमोल गगन मान जी नूं कहना चाहूंगा कि आ तुहाडी सरकार आ ਭਾਵੇਂ ਇਹਨਾਂ ਦੀਆਂ 4 ਪੀੜ੍ਹੀਆਂ ਹੋ ਗਈਆਂ ਭਾਵੇਂ ਦੂਜੀਆਂ ਸਰਕਾਰਾਂ ਨੇ ਨਹੀਂ ਸੁਣੀਆਂ ਪਰ ਉਹਨਾਂ ਦੀਆਂ ਕਦੇ 34 ਮੰਗਾਂ ਉਹਨਾਂ ਦੀਆਂ ਕਦੇ ਵਾਇਰਲ ਵੀ ਨਹੀਂ ਹੋਈਆਂ ਸੀ ਉਹਨਾਂ ਦੇ ਕਦੇ ਪੇਜ ਵਾਇਰਲ ਨਹੀਂ ਹੋਏ ਸੀ ਤੇ ਮੈਂ ਬੀਬਾ ਜੀ ਨੂੰ ਕਹਿਣਾ ਚਾਹੂੰਗਾ ਇੱਕ ਮੰਗ ਹੋਰ ਮੰਗੋ ਕਿ ਜਿਹੜੇ ਪੰਜਾਬ ਦੇ ਵਿੱਚ ਗਰੀਬ ਲੋਕ ਆ ਜਿਹੜੇ ਔਰ ਬਿਨਾਂ ਬਿਜਲੀ ਤੋਂ ਔਰ ਜਿਹੜੇ ਬਿਨਾਂ ਘਰ ਤੋਂ ਆ ਬਿਨਾਂ ਧਰਤੀ ਤੋਂ ਲੋਕ ਰਹਿ ਰਹੇ ਆ ਤੁਸੀਂ ਨੋਟ ਰੱਖ ਲਓ ਗੱਲ ਮੈਂ ਬਾਕੀ ਗੱਲਾਂ ਬਾਅਦ ਦੇ ਵਿੱਚ ਹੀ ਕਰੂੰਗਾ ਮੈਂ ਵੀਰ ਨੂੰ ਕਹਿੰਦਾ ਤੁਸੀਂ ਨੇੜੇ ਨੇੜੇ ਆ ਜਾਓ ਤੇ ਆਪਾਂ ਸਾਰਾ ਇਹਨਾਂ ਨੂੰ ਵਿਖਾ ਦਈਏ ਆ ਜਾਓ ਦਬਦਬਾ ਆ ਜਾਓ ਕੋਈ ਗੱਲ ਨਹੀਂ ਆ ਜਿਹੜੇ ਵਿਚਾਰੇ ਸੱਜਣ ਤੁਸੀਂ ਵੇਖ ਲਓ ਲਿਓ ਮੈਂ ਦਿਖਾ ਦਿੰਦਾ ਜਿਹੜਾ ਆ ਕਰ ਭੈਣ ਜੀ ਜਾ ਸਕਦੇ ਹੈਗਾ ਆ ਜਾ ਗਾਂ ਜੋ ਭਰਾ ਜੀ ਆ ਤੁਸੀਂ ਵੇਖ ਲਓ ਛੱਤਾਂ ਵੇਖ ਲਓ ਕਿਹੜੀਆਂ ਜਿਹੜੀਆਂ ਬੀਬਾ ਜੀ ਤਾਂ ਕਹਿੰਦੇ ਸੀ ਉਹਨਾਂ ਨੂੰ ਪੇਂਟ ਕਰਨ ਵਾਲਾ ਤੇ ਆ ਬੀਬਾ ਜੀ ਨੂੰ ਵਿਖਾ ਦੇਵਾਂ ਛੱਤ ਕੋਈ ਫੈਂਸੀ ਛੱਤ ਨਹੀਂ ਗੀ ਇਹ ਜਿਹੜੀ ਛੱਤ ਆ ਬੀਬਾ ਜੀ ਇਹ ਮੈਂ ਤੁਹਾਨੂੰ ਕੀ ਦੱਸਾਂ ਇੱਥੇ ਇਹ 6 ਮਿੰਟ ਦੀ ਚਾਦਰਾਂ ਪਾਈਆਂ ਹੋਈਆਂ ਇੱਥੇ ਤੇ ਜਦੋਂ ਮੀਂਹ ਨੇਰੀ ਆਉਂਦਾ ਆ ਤਰਪਾਲਾਂ ਵੇਖ ਲਓ ਤੁਸੀਂ ਧਿਆਨ ਮਾਰ ਲਓ ਤੇ ਬੀਬਾ ਜੀ ਨੂੰ ਮੈਂ ਦੱਸ ਦੇਵਾਂ ਕਿ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਆਪਦੀ ਕੋਠੀ ਤੋਂ ਖੁਸ਼ ਨਹੀਂ ਗਏ ਇੱਥੇ ਜਿਹੜੇ ਲੋਕ ਆ ਲੋਕਾਂ ਕੋਲ ਰਹਿਣ ਨੂੰ ਧਰਤੀ ਵੀ ਨਹੀਂ ਤੇ ਤੁਸੀਂ ਆ 34 ਮੰਗਾਂ ਮੰਗਦੇ ਸੀ ਆ ਤੁਹਾਨੂੰ ਵਿਖਾ ਦੇਵਾਂ ਤੁਸੀਂ ਇਹਨਾਂ ਮੰਗਾਂ ਮੰਗਦੇ ਸੀਗੇ ਆ ਭੈਣ ਜੀ ਦਾ ਘਰ ਵਾਲਾ ਜਿਹੜਾ ਉਹਨੂੰ ਕਿੰਨੇ ਬੀਬਾ ਜੀ ਮੰਜੇ ਦੇ ਪਏ ਨੂੰ ਕਿੰਨਾ ਚਿਰ ਹੋ ਗਿਆ ਚੌਥਾ ਸਾਲ ਹੋ ਗਿਆ ਇੱਕ ਮਿੰਟ ਮੈਂ ਕਿੰਨਾ ਸਾਲ ਹੋ ਗਿਆ ਚੌਥਾ ਸਾਲ ਹੋ ਗਿਆ ਜਿਹੜੇ ਆਪਦੇ ਮੰਜੇ ਤੇ ਪਏ ਆ ਤੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਭਾਈ ਸਾਹਿਬ ਬਿਨਾਂ ਪੜ੍ਹਾਈ ਤੋਂ ਇੱਥੇ ਪੜ ਰਹੇ ਆ ਕੀ ਇੱਥੇ ਵਿਖਾ ਦੇ ਗਿਆ ਮੈਂ ਫਿਰ ਤਾਂ ਦੂਜੇ ਘਰ ਵਿਖਾ ਦਿੰਦੇ ਆ ਜੋ ਤੁਸੀਂ ਉਧਰ ਦੀ ਆ ਜਾਓ ਤੁਸੀਂ ਆ ਤੁਸੀਂ ਚੈੱਕ ਕਰ ਲਓ ਆ ਬਾਪੂ ਜੀ ਬਜ਼ੁਰਗ ਬੈਠੇ ਆ ਘਰ ਇਹਨਾਂ ਦੇ ਮੈਂ ਤੁਹਾਨੂੰ ਨਾਲ ਨਾਲ ਵਿਖਾਈ ਜਾਂਦਾ ਵੀ ਆ ਕਿਹੜੀਆਂ ਮਤਲਬ ਲੋਕ ਆ ਜਿਹੜੇ ਆ ਰਹਿੰਦੇ ਆ ਬੀਬਾ ਜੀ ਜਿਹੜੇ ਰਹਿ ਰਹੇ ਆ ਮਾਤਾ ਜੀ ਆ ਜਾਓ ਮਾਤਾ ਜੀ ਨੇੜੇ ਆ ਜਾਓ ਇੱਥੇ ਕੌਣ ਰਹਿੰਦਾ ਮਾਤਾ ਜੀ ਇੱਥੇ ਮੈਂ ਰਹਿੰਦੀ ਹਾਂ ਪਤਾ ਅਸੀਂ ਬਜ਼ੁਰਗ ਤੇ ਮੈਂ ਰਹਿੰਦੀ ਆ ਬੀਬਾ ਜੀ ਆ ਜਿਹੜੀ ਕੋਠੀ ਆ ਚੈੱਕ ਕਰ ਲਓ ਤਾਂ ਇੱਥੇ ਕੋਈ ਸਵਿਮਿੰਗ ਪੂਲ ਨਹੀਂ ਬਣਿਆ ਹੋਇਆ ਨਹਾਉਣ ਵਾਸਤੇ ਛੇਤੀ ਕਿਤੇ ਨਲਕਾ ਨਹੀਂ ਲੱਗਿਆ ਹੋਇਆ ਇੱਥੇ ਕਿਉਂ ਨਹੀਂ ਲੱਗ ਰਿਹਾ ਬਲਬ ਨਹੀਂ ਲੱਗਿਆ ਹੋਇਆ ਇੱਥੇ ਕਾਰਨ ਕੀ ਆ ਕਹਿੰਦੇ ਜੀ ਇਹ ਸ਼ਮਸ਼ਾਨ ਘਾਟ ਦੀ ਜਗ੍ਹਾ ਤੇ ਜਿਹੜੇ ਲੋਕ ਔਰ ਸ਼ਮਸ਼ਾਨ ਘਾਟ ਦੇ ਵਿੱਚ ਰਹਿ ਰਹੇ ਆ ਤਾਂ ਮੈਂ ਤੁਹਾਨੂੰ ਇਹ ਵੀ ਬੇਨਤੀ ਕਰ ਦੇਵਾਂ ਸ਼ਮਸ਼ਾਨ ਘਾਟ ਉਦੋਂ ਬਾਅਦ ਪਿੰਡ ਦੇ ਲੋਕਾਂ ਨੇ ਗਾਂਹ ਬਣਾ ਦਿੱਤਾ ਪਿਆ ਵਿਅਕਤੀ ਦੱਸ ਰਹੇ ਆ ਮੈਨੂੰ ਜਿਹੜੇ ਇੱਥੇ ਰਹਿ ਰਹੇ ਆ ਉਹ ਕਹਿੰਦੇ ਭਾਈ ਸਾਹਿਬ ਜੀ ਸਾਡੇ ਕੋਲੋਂ ਕਹਿੰਦੇ ਵੀ ਇੱਥੋਂ ਵੀ ਜਿਹੜੇ ਲੋਕ ਉਹ ਕਹਿੰਦੇ ਠਾਉ ਠਾਉ ਕਰਦੇ ਵੀ ਉੱਠ ਖੜਨ ਇੱਥੋਂ ਤਾਂ ਮੈਂ ਕਹੂੰਗਾ ਕਿ ਅਰੇ ਕਿਹੜੀ ਇਨਸਾਨੀਅਤ ਆ ਲੋਕਾਂ ਦੇ ਵਿੱਚ ਇਹ ਕਿਹੜੀ ਇਨਸਾਨੀਅਤ ਨੂੰ ਲਈ ਫਿਰਦੇ ਆ ਕਿਹੜੀ ਸਰਕਾਰ ਦੀਆਂ ਗੱਲਾਂ ਕਰਦੇ ਆ ਸਾਡੇ ਜਿਹੜੇ ਲੋਕ ਆ ਉਹ ਕਿਸੇ ਦਾ ਸਾਥ ਨਹੀਂ ਦੇ ਸਕਦੇ ਇੱਥੇ ਮੈਂ ਪੰਜਾਬ ਦੇ ਵਿਅਕਤੀਆਂ ਨੂੰ ਕਹਿਣਾ ਕਿ ਆਪਾਂ ਗੱਲਾਂ ਕਰਦੇ ਆ
के जी एक पासे आपां गुरु साहब नूं मानदे आ, दूजे पासे गुरु साहब दे आपां लोकां नूं तंग करदे आ, ते अपने दे विच कहड़ी इंसानियत आ गई। भैन जी दस रहे सी आ, मैं बीबा जी कोठी चंगी तरह कहूंगा, वेख लो पहला किते कोठी दे विच कोई थोड़े हो ना रह जे। कोठी तुहानूं मिली है कादी? सीमेंटां दी। तुहानूं कोठी मिली, आ जा वीर जी गां जो, कोई गल नहीं। और तुहानूं जिहड़ी कोठी मिली आ ਉਹ ਆ ਵੇਖ ਲਓ ਇੱਧਰ, ਤੁਹਾਨੂੰ ਕਹਿ ਦੇਗਾ ਵੇਖੀ ਚਲੋ ਸਾਰੇ, ਆ ਲੋਹੇ ਦਾ ਟੀਨ ਪਾਇਆ ਹੋਇਆ। ਇਹ ਕੋਈ ਤੁਹਾਡੇ ਤਰ੍ਹਾਂ ਜਿਹੜੀ ਕੋਠੀ ਜਿਹੜੀ ਕਹਿ ਲਓ ਕੋਠੀ ਨਹੀਂ ਪਾਈ ਹੋਈ, ਜਿਹੜੀ ਤੁਸੀਂ ਕੋਠੀ ਕਹਿੰਦੇ ਨਾ ਕੋਠੀ ਪਾਈ ਆ ਜੀ, ਆ ਸਾਡੀ ਆ ਸਵਿਮਿੰਗ ਪੂਲ ਬਣਾ ਕੇ ਦਿਓ। ਜੇ ਸਵਿਮਿੰਗ ਪੂਲ ਲੈਣਾ ਤੁਸੀਂ ਲਓ, ਪਰ ਦਸ ਦਿਨ ਗਿਣਵੇਂ ਤੁਹਾਡੀ ਸਰਕਾਰ ਇੱਥੇ ਆ ਕੇ ਰਹਿ ਜਾਵੇ ਤਾਂ ਮੈਂ ਉਹਨੂੰ ਕਹੂੰਗਾ ਤੁਹਾਡੇ ਜਦੋਂ ਤੁਸੀਂ ਜਿੱਥੋਂ ਲੰਘਣਾ ਹੋਵੇ ਉਹ ਸੜਕਾਂ ਵੀ ਸਾਫ਼ ਹੋ ਜਾਂਦੀਆਂ, ਤੇ ਜਿੱਥੇ ਲੋਕਾਂ ਨੇ ਰਹਿਣਾ ਸ਼ਮਸ਼ਾਨ ਘਾਟ ਦੀ ਜਗ੍ਹਾ ਦੇ ਵਿੱਚ ਰਹਿ ਰਹੇ ਆ ਸਿਵਿਆਂ ਦੇ ਵਿੱਚ, ਲਗਭਗ ਚਾਰ ਪੀੜ੍ਹੀਆਂ ਸ਼ੁਰੂ ਹੋ ਚੁੱਕੀਆਂ ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਦੇ ਵਿੱਚ ਰਹਿ ਰਹੇ ਆ। ਤਾਂ ਮੈਂ ਇੱਥੇ ਕਹਾਂ ਤੁਸੀਂ ਸਵਿਮਿੰਗ ਪੂਲ ਜਿਹੜਾ ਮੰਗਿਆ ਸੀ ਕੀ ਇਹ ਲੋਕਾਂ ਵਾਸਤੇ ਘਰ ਨਹੀਂ ਮੰਗ ਸਕਦੇ ਸੀ ਜਿਹੜੇ ਲੋਕਾਂ ਕੋਲ ਧਰਤੀ ਹੈ ਨਹੀਂ? ਤੇ ਜਿਹੜੇ ਲੋਕ ਇਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕਰਦੇ ਆ, ਮੈਂ ਕਹੂੰਗਾ ਜਿਹੜੇ ਰਾਜਨੀਤਿਕ ਬੰਦਿਆਂ ਕੋਲ, ਚਾਹੇ ਕੋਈ ਜਿਹੜੇ ਧਨਾਟ ਬੰਦੇ ਆ, ਪਹਿਲਾਂ ਤੁਸੀਂ ਜਾ ਕੇ ਉਹਨਾਂ ਦੇ ਗਲਮਿਆਂ ਦੇ ਵਿੱਚ ਹੱਥ ਪਾਓ ਜਿਨ੍ਹਾਂ ਦੇ ਕੋਲ ਕਿੱਲਿਆਂ ਦੇ ਹਿਸਾਬ ਦੇ ਨਾਲ ਦੱਬੀਆਂ ਹੋਈਆਂ ਸਰਕਾਰ ਦੀਆਂ ਜ਼ਮੀਨਾਂ। ਨਾਲੇ ਤੂੰ ਇਹ ਕਹਿੰਦਾ ਵੀ ਇਹ ਸਰਕਾਰ ਦੀ ਆ, ਸ਼ਮਸ਼ਾਨ ਘਾਟ ਦੀ ਆ, ਤੇ ਜਿਹੜੇ ਇਹ ਲੋਕ ਆ ਆਸਟ੍ਰੇਲੀਆ ਤੋਂ ਆਏ ਆ, ਇਹ ਵੀ ਇੰਡੀਆ ਦੇ ਵਿੱਚ ਰਹਿਣ ਵਾਲੇ ਆ, ਇਹ ਵੀ ਇੰਡੀਆ ਦੇ ਲੋਕ ਆ, ਇਹਨਾਂ ਦਾ ਸਾਥ ਦਿਓ, ਇਹ ਵੀ ਤਾਂ ਸਰਕਾਰ ਦੇ ਆ। ਕੀ ਖੱਡੇ ਪੰਜਾਬ ਦੇ ਲੋਕਾਂ ਦੇ ਨਹੀਂ ਗਏ? ਜੇਕਰ ਤੁਹਾਡੇ ਉੱਥੇ ਖੱਡਿਆਂ ਤੇ ਜਾ ਕੇ ਤੁਹਾਡਾ ਭਾਈ ਸਾਹਿਬ ਉੱਥੇ ਕਬਜ਼ੇ ਹੋ ਸਕਦੇ ਆ, ਤੇ ਗਰੀਬ ਰਹਿਣ ਵਾਸਤੇ ਕਬਜ਼ਾ ਨਹੀਂ ਕਰ ਸਕਦਾ? ਤੁਸੀਂ ਤਾਂ ਆਪਦੇ ਤੁਸੀਂ ਅਮੀਰ ਬਣਨ ਵਾਸਤੇ ਰੇਤੇ ਮਹਿੰਗੇ ਕੀਤੇ ਹੋਏ ਆ, ਤੇ ਗਰੀਬ ਇੱਥੇ ਨਹੀਂ ਰਹਿ ਸਕਦਾ? ਮੈਨੂੰ ਤੁਸੀਂ ਇੱਕ ਗੱਲ ਦੱਸੋ, ਆ ਜਾ ਭਾਈ ਸਾਹਿਬ ਨੇੜੇ ਆ ਜਾ ਤੁਸੀਂ ਮੇਰੇ ਵੀਰ ਜੀ, ਤੁਹਾਡੇ ਅੱਗੇ ਬੇਨਤੀ ਆ, ਪਹਿਲਾਂ ਨੇੜੇ ਆ ਕੇ ਨੇੜੇ ਰਿਹਾ ਕਰੋ। ਇਹਨਾਂ ਦਾ ਰਾਸ਼ਨ ਕਾਰਡ ਵੀ ਨਹੀਂ ਬਣਿਆ ਜੀ। ਆ ਭਾਈ ਸਾਹਿਬ ਦੱਸ ਰਹੇ ਆ ਰਾਸ਼ਨ ਕਾਰਡ ਵੀ ਨਹੀਂ ਬਣਿਆ, ਜਦੋਂ ਕਿਸੇ ਘਰ ਸਾਨੂੰ ਕੁਛ ਨਹੀਂ ਮਿਲਦਾ, ਕੋਈ ਜਦੋਂ ਘਰ ਦੇ ਜੀ ਕੋਲ ਰੁਜ਼ਗਾਰ ਹੀ ਹੈ ਨੀਗਾ, ਤੇ ਜੋ ਦਿਹਾੜੀ ਦੱਪਾ ਕਰਨ ਵਾਲੇ ਆ ਤਾਂ ਫਿਰ ਉਹਨਾਂ ਨੂੰ ਰਾਸ਼ਨ ਕਿਉਂ ਨਹੀਂ ਮਿਲਦੇ? ਮੈਂ ਸਾਡੇ ਫਾਜ਼ਿਲਕਾ ਦੇ MLA ਨੂੰ ਵੀ ਕਹਿਣਾ ਚਾਹੂੰਗਾ ਸਵਨੇ ਨੂੰ ਕਿ ਸਵਨੇ ਵੀਰਾ, ਇੱਕ ਪਾਸੇ ਤਾਂ ਕਹਿੰਦੇ AC ਵਾਲਿਆਂ ਨੂੰ ਰਾਸ਼ਨ ਕਾਰਡ ਨਹੀਂ ਮਿਲਦਾ, ਤੇ ਜਿਹੜੇ ਆ ਲੋਕਾਂ ਦੀ ਜਿਹੜਾ ਇੱਕ ਸ਼ਮਸ਼ਾਨ ਘਾਟ ਦੀ ਜਗ੍ਹਾ ਦੇ ਵਿੱਚ ਰਹਿ ਰਹੇ ਆ, ਇਹਨਾਂ ਨੂੰ ਦਿਓ ਤੁਸੀਂ ਰਾਸ਼ਨ, ਹੁਣ ਕੀ ਦਿਓਗੇ? ਆ ਜਾ ਆ ਵੇਖ ਲਓ ਤੁਸੀਂ ਕੰਧਾ ਕੋਲੇ ਵੇਖ ਲਓ ਤੁਸੀਂ ਸਾਰੇ, ਬਾਕੀ ਸਾਰੇ ਘਰ ਦੇ ਹਾਲ ਇਹੀ ਆ, ਮੈਂ ਤੁਹਾਨੂੰ ਵਿਖਾ ਹੀ ਦਿੱਤੇ ਆ, ਕੋਈ ਗੱਲ ਨਹੀਂ, ਬਸ ਵੇਖ ਹੀ ਲਿਆ ਸਾਰੇ, ਆਪਾਂ ਗਾਹ ਜਾਂਦੇ ਆ। ਹੁਣ ਆਪਾਂ ਤੁਹਾਨੂੰ ਉਹ ਵੀਰ ਜੀ ਦੇ ਨਾਲ ਆਪਾਂ ਗੱਲ ਕਰਦੇ ਆ ਜਿਹਨੂੰ ਲਗਭਗ 4 ਸਾਲ ਮੰਜੇ ਤੇ ਬੈਠੇ ਨੂੰ ਹੋ ਗਏ ਆ। ਇੱਥੇ ਮੇਰਾ ਵੀਰ ਇੱਥੇ ਖੜ ਜਾ ਕੇ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਕਹੂੰਗਾ ਵੀ ਆਪਾਂ ਕੋਈ ਬਹੁਤ ਨਹੀਂ, ਆਪਾਂ ਜਿਹੜੀ ਗੱਲ ਬਾਈ ਜੀ ਨਾਲ ਕਰਨੀ ਆ। ਬਾਈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਮੰਜੇ ਤੇ ਪਏ ਨੂੰ? 4 ਸਾਲ ਹੋ ਗਏ ਜੀ। 4 ਸਾਲ ਹੋ ਗਏ, ਹਾਂਜੀ। ਤੇ ਕੋਈ ਦਵਾਈ ਬੂਟੀ? ਦਵਾਈ ਬੂਟੀ ਜਣੀ ਹੈ ਕਿ ਜਿਹੜੇ ਜਵਾਕ ਪੈਸੇ ਲੈ ਆਉਂਦੇ ਉਹਨੇ ਕਿ ਲੈ ਆਉਣੇ ਆ। ਜਵਾਕ ਤੁਹਾਡਾ ਕੀ ਕਰਦਾ ਜੀ? ਦਿਹਾੜੀ ਦੱਪੇ ਕਰਦੇ ਬਸ। ਦਿਹਾੜੀ ਕੀ ਕਰਦਾ ਜੀ ਉਹ? ਮਿਸਤਰੀਆਂ ਨਾਲ ਜੀ। ਮਿਸਤਰੀਆਂ ਕਿੰਨੇ, ਮਤਲਬ ਕਿੰਨੀ ਉਮਰ ਉਹਦੀ? 12 ਸਾਲ ਦਾ ਹੁਣ। 12-13 ਸਾਲ ਦਾ ਜੀ। 12-13 ਸਾਲ ਦਾ। ਕਿਹੜੀ ਕਲਾਸ ਚੋਂ ਹਟਾਇਆ ਤੁਸੀਂ? 9ਵੀਂ ਕਲਾਸ ਚੋਂ ਹਟਾਇਆ ਜੀ। 9ਵੀਂ ਕਲਾਸ ਦੇ ਵਿੱਚੋਂ ਹਟਾਇਆ ਗਿਆ? ਮੈਂ ਫੜਨ ਦਾ ਮੈਨੂੰ ਕੋਈ ਸ਼ੌਂਕ ਨਹੀਂਗਾ, ਕਿਉਂਕਿ ਮੈਂ ਕਹਿੰਦਾ ਭਾਈ ਸਾਹਿਬ ਦੀ ਵੀ ਗੱਲ ਇੱਥੇ ਸਾਹਮਣੇ ਆ ਜਾਵੇ ਤੁਹਾਡੇ ਕੋਲ। 9ਵੀਂ ਦੇ ਵਿੱਚੋਂ ਬੱਚਾ ਹਟਾਇਆ ਹੋਇਆ, ਤੇ ਇਹਨਾਂ ਦੀਆਂ ਜਿਹੜੀਆਂ ਧੀਆਂ ਧਿਆਣੀਆਂ ਪੜ੍ਹ ਰਹੀਆਂ, ਭੈਣ ਜੀ ਤੁਸੀਂ ਵੀ ਗਾਂ ਜੋ ਇੱਥੇ, ਜਿਹੜੀਆਂ ਧੀਆਂ ਇਹਨਾਂ ਦੀਆਂ ਪੜ੍ਹ ਰਹੀਆਂ ਤੇ ਉਹ ਇਹਨਾਂ ਨੇ ਸਕੂਲੋਂ ਹੁਣ ਜਾਂਦੀਆਂ ਹੀ ਨਹੀਂ, ਉਹਨਾਂ ਦਾ ਕਾਰਨ ਇਹ ਸੀ, ਉਹ ਕਹਿੰਦੇ ਸੀ ਵੀ ਜਿਹੜਾ ਮੰਜਾ ਉਹ ਗਾਂ ਕਰਨ, ਕੋਈ ਗੱਲ ਨਹੀਂ ਬਾਪੂ ਜੀ, ਕੋਈ ਗੱਲ ਨਹੀਂ। ਤਾਂ ਮੈਂ ਆ ਬਾਈ ਜੀ ਨੂੰ ਛੱਡੂਗਾ ਕੋਲ, ਆ ਜਾਓ ਭਾਈ ਤੁਸੀਂ ਵੀ ਆ ਜਾਓ। ਆ ਬਾਈ ਜੀ ਨੇ ਮੈਨੂੰ ਬੁਲਾਇਆ ਸੀ, ਇਹ NRI ਇੱਥੋਂ, ਤੁਸੀਂ NRI ਤੇ ਭਾਈ ਸਾਹਿਬ ਨੇ ਬੁਲਾਇਆ ਹੋਇਆ ਸੀਗਾ, ਤਾਂ ਇਹ ਕਹਿੰਦੇ ਭਾਈ ਜੀ ਦਾ ਦੱਸਣਾ ਕਿ ਜਦੋਂ ਇਹਨਾਂ ਕੋਲ ਕੋਈ ਜਾ ਕਹਿ ਲਓ ਸਬਦਾ ਪੱਤਾ ਨਹੀਂ ਹੁੰਦੇ ਤਾਂ ਆ ਬਾਈ ਜੀ ਇਹਨਾਂ ਦੀ ਮਦਦ ਕਰਦੇ ਆ। ਆ ਸਾਰੇ ਦੱਸ ਰਹੇ ਵੀ ਇਹੀ ਮਦਦ ਕਰਦੇ ਆ ਕਿ ਮੈਂ ਸਰਕਾਰ ਨੇ ਪਹਿਲਾਂ ਹੋਰਾਂ ਸਰਕਾਰਾਂ ਨੇ ਚੱਕਿਆ ਸੀ, ਹੁਣ ਭਗਵੰਤ ਮਾਨ ਨੇ ਠੇਕਾ ਚੱਕਿਆ ਹੋਇਆ। ਤਾਂ ਮੇਰੀ ਇਹ ਬੇਨਤੀ ਆ ਕਿ ਜਿਹੜੇ ਇਹ ਵਿਅਕਤੀ ਰਹਿ ਰਹੇ ਆ, ਆਪਾਂ ਨੂੰ ਬਿਜਲੀ ਘਰ ਕਿਹੜਾ ਲੱਗਦਾ ਜੀ? ਡਕਰੂ ਲੱਗਦਾ। ਡਕਰੂ ਇਹ ਭਾਈ ਸਾਹਿਬ ਨੂੰ ਬਿਜਲੀ ਘਰ ਲੱਗਦਾ, ਔਰ ਪਿੰਡ ਹੈਗਾ ਘੱਲ ਕਰਾਂ ਔਰ ਜ਼ਿਲ੍ਹਾ ਮੋਗਾ, ਤੇ ਇਹਨਾਂ ਨੂੰ ਡਕਰੂ ਖਰੀ ਡਕਰੂ ਨਾ ਜੀ ਡਕਰੂ ਇਹਨਾਂ ਨੂੰ ਬਿਜਲੀ ਘਰ ਲੱਗਦਾ। ਤੇ ਮੇਰੀ ਬੇਨਤੀ ਆ ਆਪਣੇ ਜਿਹੜੇ ਮੋਗਾ ਦੇ DC ਸਾਹਿਬ ਆ ਕਿ DC ਸਾਹਿਬ ਜੀ
ਤੁਹਾਡੇ ਕੋਲ ਵੀ ਇਹ ਵਿਅਕਤੀ ਦੱਸ ਰਹੇ ਆ ਕਿ ਫਾਈਲ ਆਪਣੇ ਜਿਹੜੇ ਮੋਗੇ ਦੇ ਡੀਸੀ ਸਾਹਿਬ ਆ ਉਹਨਾਂ ਨੂੰ ਬੜੇ ਵਾਰੀ ਉਹਨਾਂ ਨੂੰ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ। ਇਹ ਗਰੀਬ ਬੈਠੇ ਆ, ਜੇਕਰ ਇਹੀ ਕੋਈ ਅਮੀਰ ਹੁੰਦਾ ਤੇ ਇਹਦੀ ਕੋਈ ਇੱਥੇ ਤੁਸੀਂ ਗੱਲ ਕਰਦੇ ਹੋ ਬਲਬ ਦੀ, ਇੱਥੇ ਸੋਲਰ ਲਾਈਟਾਂ ਲੱਗੀਆਂ ਹੋਣੀਆਂ ਸੀ। ਇਹ ਗਰੀਬ ਦੇ ਤੁਸੀਂ ਬਲਬ ਤੁਸੀਂ ਬੰਦ ਕੀਤੇ ਹੋਏ ਆ। ਜੇ ਗੱਲ ਕਹਿ ਲਓ ਇੱਥੇ ਮਰੇ ਗਲੇ ਆਉਂਦੇ ਹੁੰਦੇ ਆ ਤੇ ਇਹਨਾਂ ਦੇ ਬੱਚੇ ਜੀ ਰਹੇ ਇੱਥੇ, ਬੱਚੇ ਛੋਟੇ ਛੋਟੇ, ਤਾਂ ਮੇਰੀ ਇਹ ਬੇਨਤੀ ਹੈ ਕਿਹੜਾ ਤੁਸੀਂ ਸਾਨੂੰ ਆਜ਼ਾਦੀ, ਤੁਸੀਂ ਸਾਨੂੰ ਆਜ਼ਾਦੀ ਮਨਾਈ ਜਾਂਦੇ ਹੋ ਸਾਨੂੰ। ਇਹ ਜਗ੍ਹਾ ਕਿਹਦੀ ਆ ਜਿਹੜੀ ਪੰਚਾਇਤੀ ਜਗ੍ਹਾ ਹੁੰਦੀ ਉਹ ਕਿਹਦੀ ਆ? ਪੰਚਾਇਤੀ ਜਗ੍ਹਾ 5 ਸਾਲਾਂ ਵਾਲੀ ਪੰਚਾਇਤ ਦੀ ਨਹੀਂ, ਇਹ ਪੰਚਾਇਤੀ ਜਗ੍ਹਾ ਪਿੰਡ ਦੇ ਲੋਕਾਂ ਦੀ ਹੁੰਦੀ ਆ। ਇਹ ਜਿਹੜੀ ਸਰਕਾਰੂ ਜ਼ਮੀਨ ਹੁੰਦੀ ਆ ਕੋਈ ਭਗਵੰਤ ਮਾਨ ਦੀ ਨਹੀਂ, ਇਹ ਜਗ੍ਹਾ ਜਿਹੜੀ ਹੁੰਦੀ ਆ ਇਹ ਪੰਜਾਬ ਦੇ ਲੋਕਾਂ ਦੀ ਜਗ੍ਹਾ ਹੁੰਦੀ ਆ। ਰੇਤੇ ਪੰਜਾਬ ਦੇ ਜਿਹੜੀਆਂ ਖੱਡਾਂ ਤੇ ਤੁਹਾਡੇ ਜਿਹੜੇ ਉੱਥੇ ਜਿਹੜਾ ਤੁਸੀਂ ਜਾ ਕੇ ਕਰ ਲਏ ਕਬਜ਼ੇ, ਇਹ ਸਭ ਕੁਝ ਪੰਜਾਬ ਦੇ ਲੋਕਾਂ ਦਾ, ਤੇ ਅੱਜ ਪੰਜਾਬ ਦੇ ਲੋਕ ਮੰਜਿਆਂ ਤੇ ਪਏ ਆ। ਮੈਂ ਇੱਥੇ ਵੀ ਕਹਿਣਾ ਚਾਹੂੰਗਾ ਵੀਰ ਮੇਰਾ, ਨੇੜੇ ਆ ਜੀ, ਨੇੜੇ ਆ ਜਾਓ ਬਾਈ ਜੀ, ਲੱਤ ਵਿਖਾਓ ਆਪਦੀ, ਆਹ ਤੁਸੀਂ ਲੱਤ ਹੁਣ ਚੈੱਕ ਕਰ ਲਓ, ਬਸ ਆ ਜਾਓ ਭਰਾ, ਕੋਈ ਗੱਲ ਬਸ ਉਹ ਆਪਾਂ ਨੀ ਜਿਹੜਾ ਹੁਣ ਆਪਾਂ ਗੱਲ ਕਰ ਰਹੇ ਹਾਂ, ਇੱਧਰ ਹੀ ਆ ਜਾਓ ਭਰਾ, ਤੁਸੀਂ ਦੂਰ ਬਹੁਤ ਭੱਜ ਜਾਂਦੇ, ਪਤਾ ਨੀ ਕੀ ਚੱਕਰ ਆ। ਜਿਹੜਾ ਆਪਾਂ ਗੱਲ ਕਰ ਰਹੇ ਹਾਂ ਲਾਜ ਦੀ, ਤਾਂ ਭਾਈ ਸਾਹਿਬ 4 ਸਾਲ ਹੋ ਗਏ ਬਿਨਾਂ ਲਾਜ ਤੋਂ ਪਿਆ ਨੂੰ, ਤੇ ਹੁਣ ਆਪਾਂ ਇੰਡੀਆ ਨੂੰ ਚਾਹੀਦਾ ਕੀ ਆ? ਸਿਹਤ, ਸਿੱਖਿਆ, ਰੁਜ਼ਗਾਰ, 3 ਚੀਜ਼ਾਂ ਚਾਹੀਦੀਆਂ, ਸਿਹਤ, ਸਿੱਖਿਆ, ਰੁਜ਼ਗਾਰ। ਪਰ ਪੰਜਾਬ ਦੇ ਲੋਕ, ਸਾਡੇ ਦੇਸ਼ ਦੇ ਲੋਕ ਉਹ ਮਗਰ ਕਾਹਦੇ ਫਿਰਦੇ ਆ, ਸਾਨੂੰ ਆਹ ਫ੍ਰੀ ਚਾਹੀਦਾ, ਸਾਨੂੰ ਉਹ ਫ੍ਰੀ ਚਾਹੀਦਾ। ਅੱਜ ਬਾਈ ਦਾ ਇਲਾਜ ਫ੍ਰੀ ਹੁੰਦਾ, ਤਗੜੇ ਹਸਪੀਟਲਾਂ ਦੇ ਵਿੱਚ ਇਲਾਜ ਹੋ ਜਾਂਦਾ, ਤੇ ਬਾਈ ਅੱਜ ਮੰਜੇ ਤੇ ਉਤਰਨ ਵਾਲਾ ਹੋਣਾ ਸੀ, 4 ਸਾਲ ਉੱਥੇ ਹੋ ਗਏ ਪਏ ਨੂੰ। ਤੇ ਭਾਈ ਸਾਹਿਬ ਜੀ, ਸਰਕਾਰ ਨੂੰ ਪੁੱਛਣਾ ਚਾਹੂੰਗਾ ਮੈਂ ਕਿ ਕੀ ਇਹ ਮਤਲਬ, ਕਿਹੜੀ ਬੀਬਾ ਅਨਮੋਲ ਗਗਨ ਮਾਨ ਜੀ, ਨਲਕਿਆਂ ਥੱਲੇ ਨਹਾਉਣ ਵਾਲੇ ਅੱਜ ਸਵਿਮਿੰਗ ਪੂਲ ਮੰਗ ਰਹੇ ਆ, ਤੇ ਤੁਸੀਂ ਇਹਨਾਂ ਗਰੀਬਾਂ ਦਾ ਵੀ ਹੱਲ ਕਰੋ, ਅਸੀਂ ਜਾਈਏ ਕਿੱਧਰ ਨੂੰ? ਸਾਡੇ ਪੱਲੇ ਕੱਖ ਨਹੀਂ ਵੱਜਦਾ, ਅਸੀਂ ਕਿੱਧਰ ਨੂੰ ਜਾ ਵੜੀਏ? ਮੇਰੇ ਮੋਗਾ ਦੇ ਡੀਸੀ ਸਾਹਿਬ ਨੂੰ ਬੇਨਤੀ ਆ ਕਿ ਭਾਈ ਸਾਹਿਬ ਆਪ ਜੀ ਅੱਗੇ ਬੇਨਤੀ ਆ, ਕਿਸੇ ਤੋਂ ਕੁਛ ਨਾ ਪੁੱਛੋ, ਤੁਹਾਡੇ ਕੋਲ ਇੰਨੀ ਕੁ ਤਾਂ ਪਾਵਰ ਹੁੰਦੀ ਆ, ਇਹਨਾਂ ਗਰੀਬਾਂ ਦਾ ਹੱਲ ਕੀਤਾ ਜਾਵੇ, ਇਹਨਾਂ ਗਰੀਬਾਂ ਦਾ ਹੱਲ ਕੀਤਾ ਜਾਵੇ। ਜੇਕਰ ਗਰੀਬਾਂ ਨੇ ਇੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਬਹਿਣਾ, ਤੇ ਇਹਨਾਂ ਕੋਲ ਹੈ ਹੀ ਕੁਛ ਨਹੀਂ, ਬੱਚੇ ਇਹਨਾਂ ਦੇ ਦਿਹਾੜੀਆਂ ਕਰਦੇ ਫਿਰਦੇ ਆ 8ਵੀਂ 8ਵੀਂ ਦੇ ਵਿੱਚੋਂ ਹਟ ਕੇ, ਤੇ ਆਪਾਂ ਕਹਿੰਦੇ ਬਾਲ ਮਜ਼ਦੂਰੀ ਨਹੀਂ ਕਰਨ ਦੇਣੀ? ਬਾਲ ਮਜ਼ਦੂਰੀ ਤੁਸੀਂ ਕਰਾਉਂਦੇ ਆ। ਭਗਵੰਤ ਮਾਨ ਨੇ ਫੋਟੋ ਪਾਈ ਸੀ ਕਿ ਧੀਆਂ ਜੰਮਦੀਆਂ ਨਹੀਂ, ਇਹਨਾਂ ਦੀ ਦਾਤ ਮਿਲਦੀ ਆ, ਤਾਂ ਫਿਰ ਆਹ ਧੀਆਂ ਦੀ ਦਾਤ ਵੀ ਤਾਂ ਮਿਲੀ ਹੋਈ ਆ, ਇਹ ਵੀ ਕੋਈ ਝੋਨੇ ਦੇ ਨਾਲ ਨਹੀਂ ਉੱਗਰੀਆਂ ਹੋਈਆਂ। ਤੇ ਭਾਈ ਸਾਹਿਬ, ਜੇਕਰ ਦਾਤ ਮਿਲੀ ਆ ਤਾਂ ਫਿਰ ਇਹ ਧੀਆਂ ਨੂੰ ਵੀ ਸੁੱਖ ਸ਼ਾਂਤੀ ਦੇ ਨਾਲ ਪੜ੍ਹਨ ਦਿੱਤਾ ਜਾਵੇ, ਸਾਡੇ ਕੋਲ ਹੈ ਹੀ ਕੁਛ ਨੇ, ਜਾਈਏ ਕਿੱਧਰ? ਮੈਨੂੰ ਬਾਈ ਜੀ ਨੇ ਸੱਦਿਆ ਸੀ, ਆ ਵੀਰ ਜੀ ਨੇ, ਤੇ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਆਓ, ਮੈਂ ਕੋਈ ਗੱਲ ਨਹੀਂ ਜੀ, ਮੈਂ ਸਮਾਂ ਕੱਢ ਕੇ ਜ਼ਰੂਰ ਆਊਂਗਾ। ਤੇ ਫਿਰ ਕਿਵੇਂ ਨਾ ਕਿਵੇਂ ਜੀ, ਇਹਨਾਂ ਨੂੰ ਏਟੀਐਮ ਦਾ ਨਹੀਂ ਪਤਾ ਵੀ ਕਾਹਦੇ ਵਾਸਤੇ ਹੁੰਦਾ? ਉਹ ਤਾਂ ਚਲੋ ਜੀ, ਏਟੀਐਮ ਦਾ ਨਹੀਂ ਪਤਾ, ਮੈਂ ਮੰਨਦਾ ਗੱਲ, ਪਰ ਲੋਕਾਂ ਦਾ ਬੇੜਾ ਗਰਕ ਕਰਤਾ, ਯਾਦ ਰੱਖ ਲਓ ਗੱਲ। ਜ਼ਰੂਰੀ ਨਹੀਂ ਕਿ ਤੁਸੀਂ ਅਨਸਰ ਕਰਤਾ, ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੀਆਂ ਤੁਸੀਂ ਮੰਗੀਆਂ ਆਪਦੇ ਜਿਹੜੇ ਕਹਿ ਲਓ ਅਫਸਰਾਂ ਕੋਲੋਂ, ਜਾਂ ਆਪਦੇ MLAਆਂ ਕੋਲੋਂ, ਜਾਂ ਆਪਦੇ ਮੰਤਰੀਆਂ ਕੋਲੋਂ, ਕਿਉਂਕਿ ਹੈ ਤਾਂ ਸਾਰੇ ਤੁਹਾਡੇ ਹੀ ਆ, ਕਿ ਸਾਡੀ ਕੋਠੀ ਦੇ ਵਿੱਚ ਰੈਨੋਵੇਟ ਕੀਤਾ ਜਾਵੇ, ਉਹਨੂੰ ਆਹ ਕਰ ਦਿੱਤਾ ਜਾਵੇ, ਭਾਂਡੇ ਨਵੇਂ ਆ ਜਾਣ, ਆਹ ਫਲਾਨੇ ਆਹ ਨਵੇਂ ਕਰ ਦਿਓ, ਆਹ ਨਵੇਂ ਕਰ ਦਿਓ। ਬੇਨਤੀ ਆ ਬੀਬਾ ਜੀ, ਤੁਸੀਂ 2.5-3 ਕਰੋੜ ਦੀਆਂ ਮੰਗਾਂ ਮੰਗੀਆਂ ਸੀ, ਤੇ ਉਹ 2.5 ਕਰੋੜ ਦੇ ਵਿੱਚੋਂ ਜੇਕਰ ਕਿਤੇ ਆ 5 ਲੱਖ ਵੀ ਗਰੀਬ ਤੇ ਲਾਇਆ ਜਾਵੇ, ਤਾਂ ਮੈਂ ਕਹਿੰਦਾ ਵੀ ਤੁਹਾਡੀ ਆ ਸਾਰੀ ਜ਼ਿੰਦਗੀ ਦੇ ਪੁੰਨ ਖਾਤੇ ਪੈ ਜਾਣਗੇ। ਕਿੰਨੇ ਘਰ ਰਹਿ ਰਹੇ ਆ ਜੀ ਇੱਥੇ? ਦੋ ਘਰ ਰਹਿ ਰਹੇ ਆ। ਤੁਸੀਂ ਬਾਪ ਹੋ ਇਹਨਾਂ ਦੇ? ਉਹ ਬਾਪ ਉਹਨਾਂ ਦੇ ਪਿੱਛੇ ਖੜੇ ਵਿਚਾਰੇ। ਤਾਂ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੂੰਗਾ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਕਹਿੰਦਾ ਇੱਥੇ ਆ ਜਾਓ, ਆਪਾਂ ਇੱਥੇ ਵਿਖਾਉਂਦੇ ਹਾਂ, ਤੁਸੀਂ ਆ ਜਾਓ ਜੀ, ਇੱਥੇ ਬੈਠੋ। ਇਹ ਬਾਪੂ ਜੀ ਕਿੰਨੀਆਂ ਪੀੜ੍ਹੀਆਂ ਹੋ ਗਈਆਂ ਤੁਹਾਡੀਆਂ, ਜਿਹੜੀਆਂ ਉਹ ਇੱਥੇ ਬੈਠੀਆਂ ਨੂੰ? ਇਹ ਚੌਥੀ ਪੀੜ੍ਹੀ ਚੱਲ ਪਈ ਹੈ ਜੀ। ਤੇ ਤੁਸੀਂ ਅੱਜ ਤੱਕ ਵੀ ਘਰੇ ਆਪਦੇ ਬਲਬ ਨਹੀਂ ਜਗਾ ਕੇ ਵੇਖਿਆ? ਨਾ ਜੀ, ਸਾਨੂੰ ਪਤਾ ਹੀ ਨਹੀਂ ਆ ਬਲਬ ਕੀ ਚੀਜ਼ ਆ। ਨਹੀਂ ਪਤਾ ਤਾਂ ਬਾਪੂ ਜੀ, ਉਹ ਤਾਂ ਗੱਲ ਹੈ, ਜਦੋਂ ਸਾਡੇ ਬਿਜਲੀ ਹੈ ਨਹੀਂ, ਘਰ ਜ਼ਮੀਨ ਹੈ ਨਹੀਂ ਸਾਡੇ ਕੋਲੇ, ਅਸੀਂ ਤਾਂ ਬਹੁਤ ਔਖੇ ਦਿਹਾੜੇ ਤੋੜ ਰਹੇ ਹਾਂ। ਦੀਵਾ ਜਗਦਾ, ਇਹਦੇ ਚੋਂ ਵੀ ਦੀਵਾ ਜਗਾਉਣੇ ਆ, ਜੇ ਤੇਲ ਆ ਜੇ ਤਾਂ ਮੇਰੀ ਇੱਕ ਦਿਨ ਸੱਪ ਦੇ ਉੱਤੇ ਪੈਰ ਟੈਕ ਗਿਆ, ਜਗਦਾ ਮੇਰੇ ਪੋਤੇ ਦਾ, ਮਹਾਰਾਜ ਲਈ ਬਖਸ਼ਿਆ ਗਿਆ, ਸੱਪ ਭੱਜ ਗਿਆ, ਡੰਡੀ ਨੀ ਵੱਢੀ ਉਹਨੇ। ਜਿਹੜੇ ਲੋਕ ਵੀਡੀਓ ਵੇਖ ਕੇ ਚਾਹੇ ਕੋਈ ਉਹ ਗੱਲਾਂ ਕਰਨ ਜਾਂ ਐ ਕਿੰਤੂ ਪ੍ਰੰਤੂ ਕਰਨ, ਮੇਰੀ ਉਹਨਾਂ ਨੂੰ ਬੇਨਤੀ ਆ, ਜਦੋਂ ਰਾਤ ਦੇ 9 ਜਾਂ 10 ਵੱਜਣ, ਉਦੋਂ ਆਪਦੇ ਸਾਰੇ ਬਲਬ ਬੰਦ ਕਰਕੇ, ਆਪਾਂ ਚੀਕਾਂ ਮਾਰਦੇ ਆ ਕਿ ਲਾਈਟ ਨਹੀਂ ਆਈ, ਜਦੋਂ ਕੋਲੇ ਦੀ ਗੱਲ ਚੱਲਦੀ ਆ ਆਪਾਂ ਚੀਕਾਂ ਮਾਰਦੇ ਆ, ਮੈਂ ਵੀ ਰਾਤ ਨੂੰ ਉੱਠ ਕੇ ਲਾਈਵ ਹੋ ਜਾਂਦਾ,
के भाई साहब लाइट क्यों नहीं आ रही इन्ना चिर, इन्ने कट क्यों लग रहे आ, तो जिहदियां चार पीढ़ियां कट दे विच जी रहियां। भगवंत मान जी हुण तुहाडे एमएलए सौं गए आ, भगवंत मान जी तुहाडे एमएलए फोन नहीं चकदे, आ भाई साहब दस रहे सी फोन ला ला हार हो गए आ, की गल वोटां मेरे लोग याद आउंदे आ, इह लोकां ने तुहानूं वोटां पाईआं, हुण तुसीं जे तां बोले हो गए आ तां कन्नां दे विच हरमन सार के पालिया करो, वह खेतों के मिल जाती है कितने जो जिथे रुखा जहा थां हो, जेकर लोग दिस नहीं रहे तो जी तुम एनक अमीरी वाली चढ़ गई ला दो थोनू ये लोग दिस जाएंगे। जेकर बीबा अनमोल गगन मान जी को भाई स्विमिंग पूल चाहिए स्विमिंग पूल बनाओ पर आपके पैसे दे बनाओ, जेडे तुम सरकार जेडे साडे खजाने की गल की साडे खजाने चो पैसे मंगन की गल की तो भाई साहब साढ़े लोगों का हल होवे, तुहाडा हल नहीं होना चाहिए, तुहानू तनखा दिती जा रही है, तुसी पंजा सालां वास्ते मंत्री बने आ, पंजा सालां वास्ते नहीं, पंजा सालां वास्ते तुसी कोठी दे विच आपदियां डिमांडा रख दित्तियां, ते इन्हां लोकां दी डिमांड कौन रखूगा, थोनू रखिया डिमांड रखन वास्ते, विधानसभा दे विच डिमांड रखिया करो लोकां दी, ड्रामे ना करिया करो, वो ड्रामे हुंदे आ सच्चाई हुंदी आ, आ सच्चाई हुंदी आ, तुहाडे मुद्दा रखिया सामने। हुण स्पीकर साहब साडे पंजाब च ही रहिंदे आ, तां स्पीकर साहब भी वीडियो वेख लैणगे, पंजाब दे एमएलए भी वीडियो वेख लैणगे, पर स्वाद तां आऊ नजारा तां आऊ तुहानू लोकां नू वोटां पाउंदा जेकर ये गरीब का हल करो, नहीं तो फिर मेरा की है, मैं कदे फिर गेड़ा मार दूंगा इत्थे ते विखा दूंगा भी साडी सरकार नलायकी दे नाल भरी होई आ, ये तुसीं सबूत दिओ भी तुहाडी सरकार नलायकी नहीं, तुहाडी सरकार सच्चाई वाली आ, सबूत दिओ, इन्हां लोकां दे मकान पाओ, और जिहड़ा इत्थे थां दे विच बैठे आ हुण जिहड़ा शमशान घाट आ उह गांह रह गया, तो जेडे लोग इन्हों पक्का करो इतने गल खत्म, जे तुसी पक्के हो सकते हैं विधानसभा दे विच जाके बह सकते हैं तनखाह लै सकते हैं तो गरीबां नू पक्का करो दो दो कमरे पा के दिओ, हुण गल खत्म करो इतने, ये भाई पल्ले कख नहीं बचा लोगों के, तो मेरी बेनती है लोगों की बांह फड़ लो ताके, नहीं तो जो बांह सरकार ने तो फड़ी नहीं ता करके पंजाब का बेड़ा गर्क होया, तो जे तुसी भी बांह नहीं फड़नी तो मर्जी आ, मेरी बिजली महकमे वालों नू बेनती आ, बिजली डिपार्टमेंट नू साडे मोगा दे डीसी साहब नू बेनती आ भी इन्हां दा हल कराया जाए, साडे इत्थों जिहड़ा घल कलां दा पंचायत सैकटरी आ मेरी उन्हां नू बेनती आ, साडे जिहड़े इत्थों घल कलां नू जिहड़ा पिंड आउंदा वीडियो दे कोल उन्हां नू बेनती आ, कि उन्हां दे रिश्तेदारां नू भी बेनती आ कि जिन्ने भाई तुहाडे रिश्तेदार पंचायत सैकटरी आ जाओ अपने वीडियो आ उन्हां नू ये वीडियो तुसी वट्सएप ते भेजा जे ताकि इन्हां गरीबां दा हल हो सके। वाहिगुरू जी का खालसा, वाहिगुरू जी की फतेह।